ਹਾਂ ਤਾਂ ਪਿਆਰੇ ਬੱਚਿਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਅਧੀਨ 5ਵੀਂ ਜਮਾਤ ਦੀ ਗਣਿਤ ਦੀ ਪਾਠ ਪੁਸਤਕ ਦੇ ਅਭਿਆਸ 3.3 ਦੇ ਉੱਤੇ ਪਹੁੰਚ ਚੁੱਕੇ ਹਾਂ। ਤਾਂ ਕਹਿੰਦਾ ਹੇਠ ਦਿੱਤੀਆਂ ਸੰਖਿਆਵਾਂ ਦਾ ਲਘੂਤਮ ਸਮਾਵਰਤਕ ਪਤਾ ਕਰੋ। ਇਹ ਬੇਟਾ LCM ਆਪਾਂ ਭਾਗ ਲਗਾਤਾਰ ਭਾਗ ਵਿਧੀ ਨਾਲ ਹੀ ਪਤਾ ਕਰਨਾ ਆ। ਦੂਜੀਆਂ ਵਿਧੀਆਂ ਸਿਰਫ ਤੁਹਾਨੂੰ ਸਮਝਾ ਦਿੱਤੀਆਂ ਪਹਿਲੇ ਲੈਕਚਰ 'ਚ, ਉਹਦੀ ਵਰਤੋਂ ਨਹੀਂ ਕਰਨੀ। ਤਾਂ 5 ਅਤੇ 10 ਆ ਬੇਟਾ, ਇਹਨਾਂ ਨੂੰ ਇਸ ਤਰ੍ਹਾਂ ਲਿਖ ਲੈਣਾ, ਜਿਵੇਂ ਜਿਵੇਂ ਅਭਿਆਸ ਕਰੋਗੇ ਤੁਹਾਨੂੰ ਗੱਲ ਕਲੀਅਰ ਹੁੰਦੀ ਜਾਊਗੀ। ਤਾਂ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਬਣਾ ਲੈਣਾ ਇਹਦਾ ਚਾਰਟ ਜਿਹਾ। ਤਾਂ ਦੇਖੋ ਕਿਹੜੇ ਪਹਾੜੇ 'ਤੇ ਛੋਟੇ ਤੋਂ ਛੋਟੇ, 1 'ਤੇ ਨਹੀਂ ਜਾਂਦਾ, 2 'ਤੇ ਨਹੀਂ ਜਾਂਦਾ, 3 'ਤੇ ਨਹੀਂ, 5 'ਤੇ ਜਾਊਗਾ। 5 × 5 ਅਤੇ 5 × 10, ਠੀਕ ਹੈ। ਆਹ ਜਿਹੜੇ ਬੇਟਾ ਆ ਜਾਂਦੇ ਆ ਗੁਣਖੰਡ, ਇਹਨਾਂ ਨੂੰ ਆਪਸ 'ਚ ਗੁਣਾ ਕਰ ਦੇਣੀ ਅਤੇ ਉਹ ਲਘੂਤਮ ਸਮਾਵਰਤਕ ਆ ਜਾਂਦਾ। 5 × 1 × 2 = 10। ਤਾਂ ਇਸ 5 ਅਤੇ 10 ਦਾ ਲਘੂਤਮ ਸਮਾਵਰਤਕ ਕੀ ਆ ਗਿਆ? 10 ਉੱਤਰ ਆ ਗਿਆ, ਠੀਕ ਹੈ ਬੇਟਾ। ਜਿਹੜਾ ਲੀਸਟ ਕੋਮਨ ਮਲਟੀਪਲ ਆ 5 ਅਤੇ 10 ਦਾ, ਵੱਡੇ ਤੋਂ ਵੱਡਾ, ਛੋਟੇ ਤੋਂ ਛੋਟਾ ਸਾਂਝਾ ਗੁਣ ਜਾਂ ਜਿਹੜਾ ਉਹ 10 ਆ। 10 ਆ ਵੀ 5 ਵੰਡੇ ਜਾਂਦੇ, ਆ ਵੀ 10 ਵੀ ਵੰਡੇ ਜਾਂਦੇ ਆ। ਅੱਗੇ ਬੇਟਾ ਸਵਾਲ ਬੀ 6 ਅਤੇ 18 ਦਾ, ਇਹਨੂੰ ਵੀ ਬੇਟਾ ਉਸੇ ਤਰ੍ਹਾਂ ਹੀ ਲਗਾਤਾਰ ਭਾਗ ਵਿਧੀ ਦੇ ਵਿੱਚ ਆਪਾਂ ਲਿਖ ਲੈਣਾ। ਫਿਰ ਆਪਾਂ ਛੋਟੇ ਤੋਂ ਛੋਟਾ ਪਹਾੜਾ ਦੇਖਣਾ ਆ ਬੇਟਾ। 2 'ਤੇ ਜਾਂਦੇ ਆ, 2 × 3 = 6, 2 × 9 = 18। ਇਦੂ ਬਾਅਦ ਬੇਟਾ ਇਹ 3 ਦੇ ਪਹਾੜੇ 'ਤੇ ਜਾਂਦੇ ਆ, 3 × 3 = 3, 3 × 3 = 9। ਹੋਰ ਕਿਸੇ ਪਹਾੜੇ 'ਤੇ ਇਹ ਨਹੀਂ ਜਾਂਦੇ ਪਏ ਕੋਮਨ। ਇਦੂ ਬਾਅਦ 'ਚ ਬੇਟਾ ਸਾਰੇ ਜਿਹੜੇ ਗੁਣਖੰਡ ਬਣੇ ਇਹਨਾਂ ਨੂੰ ਅਸੀਂ ਸਾਂਝੇ ਗੁਣਖੰਡ ਬਣੇ, ਇਹਨਾਂ ਨੂੰ ਅਸੀਂ ਕੀ ਕਰਨਾ? ਆਪਸ 'ਚ ਗੁਣਾ ਕਰ ਦੇਣਾ। 2 × 3 = 6, 6 × 1 = 6 ਅਤੇ 6 × 3 = 18। ਤਾਂ ਇਹਨਾਂ ਦਾ LCM ਕਿੰਨਾ ਆ ਗਿਆ? 18 ਉੱਤਰ ਆ ਗਿਆ, ਠੀਕ ਹੈ ਬੇਟਾ। ਉਦੋਂ ਬਾਅਦ ਦੇ ਵਿੱਚ ਬੇਟਾ ਇਹ ਕਰਦਾ ਪਿਆ 25 ਅਤੇ 50 ਦਾ ਪਤਾ ਕਰਨਾ। ਅਸੀਂ 25 ਅਤੇ 50 ਨੂੰ ਵੀ ਉਸੇ ਤਰ੍ਹਾਂ ਹੀ ਲਿਖ ਲੈਣਾ, 25 50, ਠੀਕ ਹੈ ਬੇਟਾ। ਇਹਨਾਂ ਦੇ ਸਾਂਝੇ ਗੁਣਖੰਡ ਕੱਢ ਲੈਣੇ ਆ। ਇਹ ਬੇਟਾ ਦੇਖੋ 2 'ਤੇ ਨਹੀਂ ਜਾਂਦਾ, 5 'ਤੇ ਜਾਊਗਾ ਪਹਿਲਾਂ। 5 × 5 = 25, 5 × 10 = 50। ਇਹ ਫਿਰ ਬੇਟਾ 5 'ਤੇ ਜਾਊਗਾ, 5 × 5, 5 × 10। ਹੁਣ ਬੇਟਾ ਆਹ ਜਿਹੜੇ ਸਾਂਝੇ ਗੁਣਖੰਡ ਬਣਾਏ ਸੀ ਇਹ ਆਪਾਂ ਕੱਢ ਲੈਣੇ ਬਾਹਰ। ਇਹ ਬਣ ਕੇ 5 × 5 × 1 × 2 = 25, 5 × 25 = 50। ਤਾਂ ਇਹਨਾਂ ਦਾ ਲਘੂਤਮ ਸਮਾਵਰਤਕ ਕਿੰਨਾ ਆ ਗਿਆ? 50 ਆ ਗਿਆ। ਮੇਰਾ ਖਿਆਲ ਆ ਬੇਟਾ ਗੱਲ ਕਲੀਅਰ ਹੋਊਗੀ ਤੁਹਾਨੂੰ। ਉਦੋਂ ਬਾਅਦ 'ਚ ਬੇਟਾ ਇਹਦਾ ਲਾਸਟ ਸਵਾਲ ਆ ਜਿਹੜਾ ਆਪਾਂ ਡੀ ਭਾਗ ਵੀ ਕਰ ਲੈਂਦੇ ਹਾਂ। ਡੀ ਭਾਗ ਦੇ ਵਿੱਚ ਕੀ ਕਹਿੰਦਾ ਪਿਆ? 9 ਅਤੇ 24 ਦਾ ਲਘੂਤਮ ਸਮਾਵਰਤਕ ਕੱਢਣਾ। ਇਹ ਵੀ ਬੇਟਾ ਇਸੇ ਤਰ੍ਹਾਂ ਹੀ ਆਪਾਂ 9 ਅਤੇ 24 ਲਿਖ ਲੈਣੇ ਆ। ਇਹ ਕਿਹੜੇ ਪਹਾੜੇ 'ਤੇ ਜਾਂਦੇ ਆ ਬੇਟਾ? 3 'ਤੇ, 3 × 3 = 9, 3 × 8 = 24। ਹੁਣ ਇਦੂ ਬਾਅਦ 'ਚ ਕਿਸੇ ਸਾਂਝੇ ਪਹਾੜੇ 'ਤੇ ਜਾਂਦੇ ਨਹੀਂ, ਠੀਕ ਹੈ। ਤਾਂ ਇਸ ਕਰਕੇ ਬੇਟਾ ਅਸੀਂ, ਕਿਉਂਕਿ ਆਹ 3 ਅਤੇ 8 ਆ ਇੱਕ ਸਾਂਝੇ ਪਹਾੜੇ 'ਤੇ ਨਹੀਂ ਜਾਂਦੇ, ਇਹਨਾਂ ਨੂੰ ਆਪਸ 'ਚ ਗੁਣਾ ਕਰ ਦੇਣੀ ਸਾਂਝੇ ਗੁਣਖੰਡਾਂ ਨੂੰ। ਇਹ ਬਣ ਕੇ 3 × 3 = 9, 8 = 72, 3 × 3 × 8 = 72। ਤਾਂ ਇਹਨਾਂ ਦਾ ਲਘੂਤਮ ਸਮਾਵਰਤਕ ਕਿੰਨਾ ਆ ਗਿਆ? 72 ਆ ਗਿਆ। ਸੋ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 1। ਤੁਸੀਂ ਆਪਣੇ ਹੱਥਾਂ ਨਾਲ ਕਰ ਲੈਣਾ, ਤੁਹਾਨੂੰ ਗੱਲ ਪਤਾ ਲੱਗ ਜਾਊਗੀ।
ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈਗਾ, ਠੀਕ ਹੈ ਬੇਟਾ? ਤਾਂ ਅਗਲਾ ਸਵਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ। ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬੇਟਾ ਜੀ।